ਹੀਰੇ ਵਰਗਾ ਮੇਰਾ ਭਰਾ ਸੀ ਸਰ ਤੇਰੇ ਭਰਾ ਨੇ ਗੋਲੀ ਮਾਰ ਲਈ ਓਏ ਮੈਂ ਤਾਂ ਉੱਥੇ ਹੀ ਸੁੱਤ ਪੁੱਤ ਕੋ ਗਿਆ ਮੈਂ ਕਿਹਾ ਹੁਣੀ ਤੱਕ ਅੱਗੇ ਮੇਰੇ ਤੋਂ ਗੱਡੀ ਚ ਆਏ ਆਵੇ ਕਹਿੰਦਾ ਐਸ ਐਚ ਓ ਬਰਾੜ ਆਇਆ ਰਾਤ ਮੈਨੂੰ ਕਹਿਣ ਲੱਗਾ ਵੀ ਥਾਣੇ ਦਾ ਤੂੰ ਡਿਊਟੀ ਅਫਸਰ ਵੀ ਤੂੰ ਥਾਣੇ ਦਾ ਤੈਨੂੰ ਮਸਲੇ ਦੇ ਬਾਰੇ ਨੀ ਪਤਾ ਕਿੰਨਾ ਆ ਉਹ ਕਹਿੰਦਾ ਵੀ ਇਹ ਕੰਮ ਮੁਨਸ਼ੀ ਦਾ ਆ ਮੇਰਾ ਨੀ ਹੈਗਾ ਉਹ ਕਹਿੰਦਾ ਕਿੰਨੇ ਹਾਈ ਕੋਰਟ ਮੈਟਰ ਲੱਗੇ ਆ ਕਹਿੰਦਾ ਵੀ ਮੁਨਸ਼ੀ ਦਾ ਕੰਮ ਆ ਮੇਰਾ ਨੀ ਹੈਗਾ ਮੇਰੇ ਕੋਲ ਤਾਂ ਤੂੰ ਪੁੱਛ ਦਰਖਾਸਤ ਪੁੱਛ ਕਿਸੇ ਨੇ ਤੈਨੂੰ ਦਰਖਾਸਤ ਦਿੱਤੀ ਮੈਂ ਉਹਦਾ ਫੈਸਲਾ ਕਰਾ ਸਕਦਾ ਹਾਂ ਜੇ ਮੇਰੇ ਕੋਲ ਕਿਸੇ ਨੇ ਪਰਚਾ ਦਰਜ ਕਰਨਾ ਮੈਂ ਉਹ ਕਰਾ ਸਕਦਾ ਹਾਂ ਕਹਿੰਦਾ ਮੈਂ ਮੁਨਸ਼ੀ ਨਹੀਂ ਮੈਂ ਤਫਤੀਸ਼ੀ ਅਫਸਰ ਹਾਂ ਉਹਨੂੰ ਗਾਲੀਆਂ ਕੱਢੀਆਂ ਕਹਿੰਦਾ ਤੂੰ ਨੌਕਰੀ ਦੇ ਕਾਬਲ ਨਹੀਂ ਤੂੰ ਬਹੁਤ ਘਟੀਆ ਬੰਦਾ ਉਹ ਕਹਿੰਦਾ ਜਨਾਬ ਮੇਰਾ ਕਸੂਰ ਦੱਸ ਦਿਓ ਮੈਂ ਕੀ ਕਸੂਰ ਮੇਰਾ ਕੀਤਾ ਤੁਸੀਂ ਮੈਨੂੰ ਇੰਨੀਆਂ ਧਮਕੀਆਂ ਮੈਨੂੰ ਜਲੀਲ ਕਰਨ ਡਏ ਹੋ ਮੈਨੂੰ ਗੋਲੀ ਮਾਰ ਦਿਓ ਉਹਦੀ ਡਰਾਫਟ ਲਿਖ ਕੇ ਗਿਆ ਉੱਥੇ ਥਾਣੇ ਦੇ ਵਿੱਚ ਫਿਰ ਪਤਾ ਨਹੀਂ ਉਹਨੂੰ ਕੀ ਉਹ ਕੋਈ ਬਰਦਾਸ਼ਤ ਨਹੀਂ ਹੋਈ ਉਹ ਮਰ ਗਿਆ ਉਹਨੇ ਗੋਲੀ ਮਾਰ ਲਈ ਉਹਦੇ ਕਰਕੇ ਸੁਸਾਈਡ ਨੋਟ ਲਿਖਿਆ ਆ ਉਹਨੇ ਵੀ ਐਸ ਐਚ ਓ ਬਰਾੜ ਕਰਕੇ ਮੈਂ ਗੋਲੀ ਮਾਰੀ ਆ ਮੈਨੂੰ ਉਹਨੇ ਇੰਨਾ ਬੇਇੱਜ਼ਤ ਕੀਤਾ ਆ ਮੈਨੂੰ ਬਹੁਤ ਗਾਲਾਂ ਕੱਢੀਆਂ ਮੇਰੇ ਹੱਥ ਜੋੜ ਕੇ ਬੇਇੱਜ਼ਤੀ ਆ ਇਹਦੇ ਖਿਲਾਫ ਪੜਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹਦਾ ਆਪਣਾ ਰਿਵੋਲਵਰ ਆਪਣਾ ਸੀਗਾ ਹਾਂਜੀ ਹਾਂਜੀ ਉਹਨੇ ਆਪਣਾ ਰਿਵੋਲਵਰ ਸੀਗਾ ਜੀ ਹਾਊਸ ਨੰਬਰ 161B22 ਟੈਗੋਰ ਨਗਰ ਹੁਸ਼ਿਆਰਪੁਰ ਸਰਿੰਦਰਪਾਲ ਸਿੰਘ DSP ਆਰ ਜਿਸ ਹੁਸ਼ਿਆਰਪੁਰ ਅੱਜ ਥਾਣਾ ਹਰਿਆਣੇ ਦੇ ਵਿੱਚ ਕਰੀਬ 10 ਵਜੇ ਤੇ ਸਾਡੇ ESI ਸ਼ੀਸ਼ ਕੁਮਾਰ ਜੀ ਨੇ ਆਪਣੇ ਆਪ ਨੂੰ ਸਿਰ ਦੇ ਵਿੱਚ ਗੋਲੀ ਮਾਰ ਕੇ ਸੁਸਾਈਡ ਕਰ ਲਈ ਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਅਸੀਂ ਸੱਦ ਲਿਆ ਹੈਗਾ ਜੋ ਉਹਨਾਂ ਦੇ ਪਰਿਵਾਰਕ ਮੈਂਬਰ ਜਿਸ ਤਰ੍ਹਾਂ ਕਹਿਣਗੇ ਉਸ ਤਰ੍ਹਾਂ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ ਸਰ ਇੱਕ ਸੁਸਾਈਡ ਵੀਡੀਓ ਵੀ ਸਾਹਮਣੇ ਆਈ ਵੀਡੀਓ ਹਜੇ ਤੱਕ ਸਾਨੂੰ ਨਹੀਂ ਮਿਲੀ ਬਟ ਤੁਹਾਡੇ ਕੋਲੋਂ ਸਾਨੂੰ ਪਤਾ ਲੱਗਾ ਜੇ ਵੀਡੀਓ ਵੀ ਆ ਗਈ ਕੋਈ ਵੀ ਚੀਜ਼ ਆ ਗਈ ਉਸ ਮੁਤਾਬਕ ਕਾਰਵਾਈ ਹੋ ਜਾਏ ਸੁਸਾਈਡ ਨੋਟ ਵੀ ਹੈ ਸਰ ਹਾਂਜੀ ਚੋ ਉਹ ਵੀ ਹੈਗਾ ਸਤਿ ਸ਼੍ਰੀ ਅਕਾਲ ਜੀ ਮੈਂ SSP ਹੁਸ਼ਿਆਰਪੁਰ ਅੱਜ ਤੁਹਾਨੂੰ ਇੱਕ ਦੁਖਦ ਘਟਨਾ ਦੇ ਬਾਰੇ ਦੱਸਣਾ ਚਾਹੁੰਦਾ ਹਾਂ ਸਾਡੇ ਸਾਥੀ ASI ਸਤੀਸ਼ ਕੁਮਾਰ ਅੱਜ ਸਾਡੇ ਵਿਚਕਾਰ ਨਹੀਂ ਰਹੇ ਇਸ ਮੰਦਭਾਗੀ ਘਟਨਾ ਦੇ ਵਾਪਰਨ ਤੋਂ ਬਾਅਦ ਮੈਂ ਸਾਡੇ ਸੀਨੀਅਰ ਅਫਸਰ SP ਇਨਵੈਸਟੀਗੇਸ਼ਨ ਨੂੰ ਤੁਰੰਤ ਇੱਕ ਇਨਕੁਆਇਰੀ ਮਾਰਕ ਕਰ ਦਿੱਤੀ ਹੈ ਤੇ ਨਾਲ ਹੀ SHO ਪੁਲਿਸ ਸਟੇਸ਼ਨ ਟਾਂਡਾ ਨੂੰ ਪੁਲਿਸ ਲਾਈਨ ਭੇਜ ਦਿੱਤਾ ਹੈ ਤਾਂ ਕਿ ਬਿਨਾਂ ਕਿਸੇ ਪੱਖਪਾਤ ਦੇ ਇਸ ਮਸਲੇ ਦੀ ਤਹਿ ਤੱਕ ਪਹੁੰਚਿਆ ਜਾ ਸਕੇ ਤੇ ਫਿਰ ਇਨਕੁਆਇਰੀ ਮੁਕੰਮਲ ਕੀਤੀ ਜਾ ਸਕੇ ਅਸੀਂ ASI ਸਤੀਸ਼ ਕੁਮਾਰ ਦੇ ਪਰਿਵਾਰ ਦੇ ਨਾਲ ਖੜੇ ਹਾਂ ਤੇ ਉਹਨਾਂ ਦੀ ਪੂਰੀ ਸਪੋਰਟ ਕਰਾਂਗੇ ਨਾਲ ਹੀ ਮੈਂ ਇਸ ਮੌਕੇ ਆਪਣੀ ਸਮੂਹ ਹੁਸ਼ਿਆਰਪੁਰ ਪੁਲਿਸ ਨੂੰ ਕਹਿਣਾ ਚਾਹੁੰਦਾ ਹਾਂ ਕਿ ਅਗਰ ਤੁਹਾਡਾ ਕੋਈ ਵੀ ਮਸਲਾ ਜਾਂ ਕੋਈ ਵੀ ਇਸ਼ੂ ਪੈਂਡਿੰਗ ਹੈ ਜਾਂ ਤੁਹਾਨੂੰ ਕੋਈ ਦੁੱਖ ਤਕਲੀਫ ਹੈ ਤਾਂ ਉਸ ਦੇ ਬਾਰੇ ਆ ਕੇ ਤੁਸੀਂ ਮੈਨੂੰ ਦੱਸੋ ਮੈਂ ਪੁਰਜ਼ੋਰ ਕੋਸ਼ਿਸ਼ ਕਰਕੇ ਉਸ ਦਾ ਹੱਲ ਕਰਵਾਵਾਂਗਾ ਤੇ ਅੰਤ ਤੱਕ ਤੁਹਾਡੇ ਨਾਲ ਖੜਾ ਹਾਂ ਧੰਨਵਾਦ